लेना, दीपक मुझे पकड़ लेना, मुझे भी पकड़ लेना। ਇੱਥੇ ਅਖੀਰਲਾ ਬੰਦਾ ਦੁੜਾਮ ਗਿਰ ਗਿਆ। ਪਰ ਆਪਣੀ ਏਪੀ ਸੀਰੀਜ਼ ਵਿੱਚ ਅਖੀਰਲੀ ਰਕਮ ਕਿਵੇਂ ਪਤਾ ਕਰਦੀ ਹੈ, ਆਓ ਦੇਖੀਏ। ਅੰਕਗਣਿਤਿਕ ਲੜੀ ਦੀ ਐਕਸਰਸਾਈਜ਼ 5.2 ਦਾ ਚੌਥਾ ਸਵਾਲ। ਆਪਾਂ ਪਹਿਲਾ ਜਿਹੜਾ ਸਵਾਲ ਦਿੱਤਾ ਉਹਦੇ 'ਚ ਆਪਾਂ ਨੂੰ ਇੱਕ ਏਪੀ ਸੀਰੀਜ਼ ਦਿੱਤੀ ਹੁੰਦੀ ਸੀ ਤੇ ਕਿਹਾ ਜਾਂਦਾ ਸੀ ਉਹਦਾ 30ਵਾਂ ਪਦ ਪਤਾ ਕਰੋ, 25ਵਾਂ ਪਦ ਪਤਾ ਕਰੋ। ਇਹ ਕਿਹਾ ਜਾਂਦਾ ਸੀ ਕਿ ਉਸ ਵਿੱਚ ਆਪਾਂ ਇੱਕ ਨਿਸ਼ਾਨੀ ਐਨ ਦੀ ਸਿੱਖੀ ਸੀ ਕਿ ਕਿਹਨੂੰ ਐਨ ਕਹਿਣਾ ਤੇ ਇੱਕ ਫਾਰਮੂਲਾ ਸਿੱਖਿਆ ਸੀ। ਕਿਹੜਾ ਫਾਰਮੂਲਾ ਸੀ? ਏ ਪਲੱਸ ਐਨ ਮਾਈਨਸ ਇੱਕ ਬ੍ਰੈਕਿਟ ਡੀ ਬਰਾਬਰ ਟੀ ਆ ਸਿੱਖਿਆ ਸੀ, ਹੈ ਨਾ। ਹੁਣ ਇਹਦੇ ਕੁਐਸਚਨ ਕੀ ਆ ਜੀ ਜਿਹੜਾ ਕਰਨਾ ਹੈ, ਇੱਕ ਆਪਾਂ ਨੂੰ ਏ ਪੀ ਦਿੱਤੀ ਹੈ, ਉਸ ਏ ਪੀ ਤੋਂ ਆਪਾਂ ਏ ਤੇ ਬੀ ਕੱਢ ਲਾਂਗੇ ਪਹਿਲੇ ਸਵਾਲ ਚ ਮੈਂ ਤੁਹਾਨੂੰ ਵੀਡੀਓ ਪਾਉਂਗੀ, ਫੇਰ ਦੇਖਣਾ। ਆਪਾਂ ਉੱਥੇ ਡਿਸਕਸ ਕੀਤਾ ਕਿ ਜੇ ਆਪਾਂ ਲਿਖਿਆ ਹੋਵੇ ਕਿ 10ਵਾਂ ਪਦ, ਇਸਦਾ ਮਤਲਬ ਉੱਥੇ ਐਨ ਦਾ ਮੁੱਲ ਕਿੰਨਾ ਹੈ। ਪਰ ਹੁਣ ਇੱਥੇ ਪਦ ਦੇ ਅੱਗੇ ਕੁਐਸਚਨ ਪੁੱਛਿਆ, ਇਸਦਾ ਮਤਲਬ ਇੱਥੇ ਆਪਾਂ ਐਨ ਪਤਾ ਕਰਨਾ। ਤਾਂ ਫਿਰ 78 ਕਿੰਨੀ ਜਗ੍ਹਾ ਭਰਾਂਗੇ? ਟੀਐਨ ਦੀ ਜਗ੍ਹਾ। ਬੱਚੇ ਇਹੀ ਗਲਤੀ ਕਰਦੇ ਆ, ਬੱਚੇ 78 ਨੂੰ ਐਨ ਭਰਨ ਲੱਗ ਜਾਂਦੇ ਆ। ਤਾਂ ਹੀ ਮੈਂ ਤੁਹਾਨੂੰ ਸ਼ੁਰੂ ਚ ਨਿਸ਼ਾਨੀ ਦੱਸੀ ਹੈ ਕਿ ਐਨ ਤੇ ਟੀਐਨ ਦੀ ਨਿਸ਼ਾਨੀ ਕੀ ਹੈ, ਕਿ ਜਿਸ ਰਕਮ ਦੇ ਪਿੱਛੇ ਪਦ ਲਿਖਿਆ ਹੋਗਾ ਉਹ ਨੰਬਰ ਐਨ ਭਰਨਾ। ਇੱਥੇ 10ਵਾਂ ਪਦ ਪਦ 10 ਤੋਂ ਬਾਅਦ ਲਿਖਿਆ ਤਾਂ 10 ਨੂੰ ਐਨ ਭਰਨਾ, ਪਰ ਇੱਥੇ ਪਦ ਤੋਂ ਬਾਅਦ ਨੰਬਰ ਲਿਖਿਆ ਉਹ ਟੀਐਨ ਹੈ। ਪਦ ਤੋਂ ਪਹਿਲਾਂ ਕੁਐਸਚਨ ਲਿਖਿਆ ਉਹ ਆਪਣਾ ਐਨ ਕੁਐਸਚਨ ਪਤਾ ਕਰਨਾ। ਸਮਝ ਲੱਗ ਗਈ? ਪੱਕੀ ਗੱਲ ਹੈ। ਹੁਣ ਇਸ ਕੁਐਸਚਨ 'ਚ ਆਪਾਂ ਕੀ ਪਤਾ ਕਰਨਾ ਫਿਰ ਦੱਸੋ? ਐਨ ਐਨ। ਅੱਛਾ, ਹੁਣ ਆਉਂਦੇ ਨੇ ਇਹ ਫਾਰਮੂਲਾ ਉਹ ਵੀ ਹੈ। ਹੁਣ ਇਸ 'ਚ ਏ ਕਿੰਨਾ, ਡੀ ਕਿੰਨਾ, 8 ਮਾਈਨਸ 3 ਬਰਾਬਰ 5, ਟੀਐਨ ਕਿੰਨੀ ਹੈ, 78। ਤਿੰਨੋਂ ਚੀਜ਼ਾਂ ਹੋ ਗਈਆਂ। ਚਾਰ ਅੰਗਰੇਜ਼ੀ ਅੱਖਰ ਸੀ, ਚਾਰਾਂ 'ਚ 3 ਪਤਾ ਹੋਣੇ ਚਾਹੀਦੇ ਤਾਂ ਹੀ ਚੌਥਾ ਕੱਢ ਸਕਦੇ। ਤਾਂ ਹੁਣ ਟੀਐਨ ਦੀ ਜਗ੍ਹਾ 78, ਏ ਦੀ ਜਗ੍ਹਾ 3 ਪਲੱਸ ਬ੍ਰੈਕਿਟ ਐਨ ਪਤਾ ਕਰਨੀ ਹੈ ਓਵੇਂ ਦਾ ਓਵੇਂ। ਡੀ ਦੀ ਜਗ੍ਹਾ ਕਿੰਨਾ ਆ ਗਿਆ ਜਵਾਬ? 5। ਹੁਣ ਸਭ ਤੋਂ ਪਹਿਲਾਂ 3 ਕਿੱਧਰ ਜਾਊਗਾ? 1। ਕੀ ਬਦਲਿਆ ਜਾਊਗਾ? 78 ਮਾਈਨਸ 3 ਬਰਾਬਰ ਐਨ ਮਾਈਨਸ 1 ਗੁਣਾ 5। ਹੁਣ 78 ਤੋਂ 3 ਕੀ ਕਰਨੀ ਹੈ? 75। ਹੁਣ 5 ਨੇ ਕਿੱਥੇ ਜਾਣਾ? ਥੱਲੇ। ਵੈਰੀ ਗੁੱਡ ਪਤਾ। ਹੁਣ 75 ਨੂੰ 5 ਨਾਲ ਕੀ ਕਰਨਾ? ਭਾਗ ਭਾਗ ਦਾ ਨਿਸ਼ਾਨੀ ਵੱਡਿਆਂ ਵਾਲੀ। ਭਾਗ ਕਿੰਨਾ ਹੋਗਾ? 15 12 75 ਨਹੀਂ ਹੁੰਦਾ, 25 ਹੋਣਾ ਜੀ। 25 ਥੋੜੀ 15। 5 ਦੇ ਭਾੜੇ ਦੇ 75 ਕਿੰਨੇ ਨੰਬਰ ਦੇ? 15 ਬਰਾਬਰ ਐਨ ਮਾਈਨਸ 1। 1 ਜਦੋਂ ਇੱਧਰ ਗਿਆ ਤਾਂ ਕੀ ਹੋਊਗਾ? ਪਲੱਸ 15 ਪਲੱਸ 1 ਬਰਾਬਰ ਐਨ, ਤਾਂ ਐਨ ਦਾ ਜਵਾਬ ਕਿੰਨਾ ਆ ਗਿਆ? 16। ਯਾਨੀ ਕਿ ਇਸ ਪੂਰੀ ਏਪੀ ਵਿੱਚ 78 ਕਿੰਨਵੇਂ ਨੰਬਰ ਤੇ ਲਿਖਿਆ ਗਿਆ? 16। ਸਮਝ ਲੱਗ ਗਈ? ਇਸ ਸਮਝਣ ਦੇ ਨਾਲ ਪਹਿਲਾਂ ਕੁਐਸਚਨ ਸਮਝ
ਕੁਐਸਚਨ ਚ ਟੀ ਐਨ ਕੱਢਣਾ। ਇਹ ਗੱਲ ਕਲੀਅਰ ਹੋ ਗਈ। ਪੰਜਵਾਂ ਏ ਪੀ 7-13-19-2-205 ਵਿਚ ਕਿੰਨੇ ਪਦ? ਹੁਣ ਇਹ ਕੁਐਸਚਨ ਤੇ ਇਸ ਤੋਂ ਪਹਿਲਾਂ ਕੁਐਸਚਨ ਸੇਮ ਹੈ, ਬਸ ਰਕਮ ਫਰਕ ਹੈ। ਉਹਦੇ ਚ ਦੱਸਿਆ ਸੀ ਕਿ 78 ਕਿੰਨਵੇਂ ਨੰਬਰ ਤੇ, ਇਹੀ ਪੁੱਛਿਆ ਸੀ। ਇਹਦੇ ਪੁੱਛਿਆ ਕਿ ਇਸ ਲਾਈਨ ਇਸ ਏ ਪੀ ਚ ਕਿੰਨੀਆਂ ਰਕਮਾਂ ਲਿਖੀ। ਹੁਣ ਇੱਕ ਰਕਮ ਦਿਖਦੀ ਪਈ ਹੈ, 2 ਦਿਖਦੀ ਪਈ ਹੈ, 3 ਤੇ 4 ਰਕਮਾਂ ਦਿਖਦੀਆਂ ਪਈਆਂ, ਜਿਹਨਾਂ ਵਿੱਚ ਬਿੰਦੀਆਂ ਪਈਆਂ ਰਕਮਾਂ ਦਿਖਦੀਆਂ ਨਹੀਂ ਪਈਆਂ। ਹੁਣ ਜੇ ਤੁਸੀਂ ਕਹੋ ਇਹ 4 ਬਿੰਦੀਆਂ ਪਾਈਆਂ ਤੇ 4 ਤੇ 4 8 ਰਕਮਾਂ ਹੋ ਜਾਣ, ਤਾਂ ਇਹ ਗਲਤ ਹੈ। ਇਹ ਬਿੰਦੀਆਂ ਆਪਾਂ ਉਹੀ 2-3 ਪਾ ਦਿੰਦੇ ਹਾਂ, ਇਸ ਦਾ ਮਤਲਬ ਹੁੰਦਾ ਤਾਂ ਇਹ ਹੈ ਕਿ ਰਕਮਾਂ ਤਾਂ ਕਿੰਨੀਆਂ ਜ਼ਿਆਦਾ। ਹੁਣ ਕਿਵੇਂ ਪਤਾ ਚੱਲੂਗਾ ਕਿ ਕਿੰਨੀਆਂ ਨੇ, ਕੋਈ ਆਈਡੀਆ ਲਾ ਸਕਦਾ? ਠੀਕ ਹੈ, ਆਪਾਂ ਕਹਿੰਦੇ ਕਿ ਏ ਐਨ ਵਾਲਾ ਫਾਰਮੂਲਾ ਲੱਗੂਗਾ, ਟੀ ਐਨ ਬਰਾਬਰ ਏ ਪਲੱਸ ਐਨ ਮਾਈਨਸ 1 ਗੁਣਾ ਬੀ। ਏ ਕਿੰਨਾ, 7, ਬੀ ਕਿੰਨਾ, 13 ਮਾਈਨਸ 7 ਬਰਾਬਰ 6। ਪਰ ਹੁਣ ਇੱਥੇ ਆਪਾਂ ਵਿੱਚ ਕਿੰਨੇ ਪਦ ਹੈ ਕੀ ਕੱਢਣਾ, ਇਹਦੇ ਤੋਂ ਕਿਹੜਾ ਅੰਗਰੇਜ਼ੀ ਕੱਢਣਾ, ਐਨ ਕੱਢਣਾ ਕਿ ਟੀ ਐਨ ਕੱਢਣਾ? ਐਨ, ਕਿਉਂਕਿ ਪਦ ਤੋਂ ਪਹਿਲਾਂ ਉਹਨਾਂ ਨੇ ਕੀ ਪੁੱਛਿਆ, ਕਿੰਨੇ ਮਤਲਬ ਕੁਐਸਚਨ ਪੁੱਛਿਆ, ਤਾਂ ਇਸ ਦਾ ਮਤਲਬ ਇਹਦੇ ਚ ਆਪਾਂ ਐਨ ਕੀ ਕਰਨਾ, ਕੱਢਣਾ। ਜੇ ਐਨ ਕੱਢਣਾ ਤਾਂ ਫਿਰ ਟੀ ਐਨ ਦੀ ਜਗ੍ਹਾ ਕੀ ਲਿਖੋ? 205। ਕਿਉਂ? ਜਵਾਬ ਤਾਂ 205 ਹੈ, ਤੁੱਕਾ ਸਹੀ ਲਾਇਆ, ਪਰ ਰੀਜ਼ਨ ਕੀ ਹੈ, ਲੌਜਿਕ ਕੀ ਹੈ? ਦੇਖੋ ਮੈਂ ਸਮਝਾਉਂਦੀ ਹਾਂ। ਮੰਨ ਲਓ ਆਹ ਤੁਹਾਡੀ ਕਲਾਸ ਦੀ ਇੱਕ ਲਾਈਨ ਹੈ। ਹੁਣ ਮੈਂ ਕਹਿਣਾ ਚਾਹੁੰਦੀ ਕਿ ਇਸ ਲਾਈਨ 'ਚ ਕਿੰਨੇ ਬੱਚੇ ਬੈਠੇ ਹੈ, ਇਹ ਮੈਂ ਪਤਾ ਕਰਨਾ ਚਾਹੁੰਦੀ ਹਾਂ। ਜੇ ਮੈਨੂੰ ਪਤਾ ਕਿ ਇਸ ਲਾਈਨ ਦੇ ਅਖੀਰ ਤੇ ਬੱਚਾ ਜਸ਼ਨ ਬੈਠਾ, ਮੰਨ ਲਓ, ਹਨਾ, ਹੁਣ ਜੇ ਮੈਂ ਇਹ ਪਤਾ ਕਰ ਲਾਂ ਕਿ ਉਹ ਜਸ਼ਨ ਕਿੰਨਵੇਂ ਨੰਬਰ ਤੇ ਬੈਠਾ, ਤੇ ਇਹ ਵੀ ਪਤਾ ਕਿ ਉਹ ਬੈਠਾ ਅਖੀਰ ਤੇ ਲਾਈਨ ਤੇ, ਫਿਰ ਪੂਰੀ ਲਾਈਨ 'ਚ ਕਿੰਨੇ ਬੱਚੇ ਪਤਾ ਚੱਲ ਜੂਗਾ? ਪਤਾ ਚੱਲ ਜੂਗਾ? ਫੇਰ ਇੱਕ ਵਾਰ ਰਿਪੀਟ ਕਰਦੀ ਹੈ, ਆ ਲਾਈਨ 'ਚ ਮੈਂ ਦੇਖਣਾ ਕਿ ਕਿੰਨੇ ਬੱਚੇ ਬੈਠੇ, 10 ਬੈਠੇ, 12 ਬੈਠੇ, 20 ਬੈਠੇ, ਪਰ ਮੈਨੂੰ ਕਿਹਾ ਗਿਆ ਕਿ ਜਸ਼ਨ ਇਸ ਲਾਈਨ ਦੇ ਅਖੀਰ ਤੇ ਬੈਠਾ, ਤੇ ਜੇ ਮੈਂ ਇਹ ਦੇਖਣਾ ਕਿ ਜਸ਼ਨ ਲਾਈਨ ਦੇ ਕਿੰਨਵੇਂ ਨੰਬਰ ਤੇ ਬੈਠਾ, ਇਹ ਉਹਨਾਂ ਨੇ ਕਿਹਾ ਕਿ ਅਖੀਰ ਤੇ ਆ, ਫਿਰ ਇਸਦਾ ਮਤਲਬ ਉਸ ਲਾਈਨ 'ਚ ਉਨੇ ਬੱਚੇ ਬੈਠੇ ਆ। ਜਸ਼ਨ ਜੇ 15ਵੇਂ ਤੇ ਬੈਠਾ ਤਾਂ ਇਸਦਾ ਮਤਲਬ ਉਸ ਲਾਈਨ 'ਚ 15 ਬੱਚੇ ਬੈਠੇ, ਕਿਉਂਕਿ ਜਸ਼ਨ ਉਹਨਾਂ ਨੇ ਕਿ ਅਖੀਰ ਤੇ ਬੈਠਾ ਤਾਂ 15 ਬੱਚੇ ਹੀ ਬੈਠੇ ਹੋ ਗਏ। ਹੁਣ ਉਹੀ ਗੱਲ ਇੱਥੇ ਆ, ਉਹਨਾਂ ਨੇ ਕਿ 205 ਅਖੀਰਲਾ ਨੰਬਰ ਆਪਾਂ ਨੂੰ ਦਿਖਣਾ ਪਿਆ, ਤਾਂ ਹੁਣ ਆਪਾਂ ਜੇ 205 ਪਤਾ ਕਰ ਲਈਏ ਕਿ ਕਿੰਨਵੇਂ ਨੰਬਰ ਤੇ ਲਿਖਿਆ, ਤਾਂ ਫਿਰ ਪਤਾ ਚੱਲ ਜੂਗਾ ਕਿ ਇਸ ਤੋਂ ਅੱਗੇ ਪੂਰੀ ਲਾਈਨ 'ਚ ਕਿੰਨੇ ਨੰਬਰ ਆ, ਪਤਾ ਚੱਲ ਜੂਗਾ ਨਾ। ਤਾਂ ਇਸਦਾ ਮਤਲਬ ਆਪਾਂ 205 ਨੂੰ ਕੀ ਲਵਾਂਗੇ? ਹੁਣ ਪ੍ਰਸ਼ਨ ਉਹੀ ਹੈ, ਇਹਦੇ 'ਚ ਵੀ ਐਨ ਪਤਾ ਕਰਨਾ, ਇਸ ਤੋਂ ਪਹਿਲੇ 'ਚ ਵੀ ਐਨ ਪਤਾ ਕਰਨਾ ਸੀ, ਪਰ ਸ਼ਬਦ ਪ੍ਰਸ਼ਨ ਦੀ ਉਹਨਾਂ ਨੇ ਉਲਟ ਪੁਲਟ ਕਰਤੀ, ਆਪਾਂ ਨੂੰ ਬੇਵਕੂਫ ਬਣਾ ਲਈ। ਸਵਾਲ ਫਾਰਮੂਲਾ ਉਹੀ ਲੱਗਣਾ, ਪ੍ਰਸ਼ਨ ਵੀ ਉਹੀ ਹੈ, ਆਪਾਂ ਧਿਆਨ ਨਾਲ ਸਮਝ ਲੱਗ ਗਈ। ਹੁਣ ਦੇਖੋ ਆਪਾਂ ਹੁਣ ਤੱਕ ਇੱਕੋ ਹੀ ਫਾਰਮੂਲਾ ਦੇ ਰਿਲੇਟਿਡ ਸਵਾਲ ਕਰੀ ਜਾਂਦੇ ਹਾਂ, 2-3 ਤਰ੍ਹਾਂ ਦੇ ਸਵਾਲ ਕਰ ਲਏ, ਪਹਿਲਾਂ ਕੀਤਾ ਸੀ, ਅੱਜ 2 ਤਰ੍ਹਾਂ ਦੇ ਕਰ ਲਏ। ਫਾਰਮੂਲਾ ਇੱਕੋ ਹੀ ਹੈ, ਸਵਾਲ ਦੀ ਸ਼ਕਲ ਬਦਲ ਬਦਲ ਕੇ ਆਈ ਜਾਂਦੀ। ਹੁਣ ਟੀ ਐਨ ਦੀ ਜਗ੍ਹਾ 205 ਬਰਾਬਰ ਏ ਕਿੰਨਾ, 7 ਪਲੱਸ ਐਨ ਪਤਾ ਕਰਨਾ, ਬੀ ਕਿੰਨਾ, 6, ਉਵੇਂ 205 ਮਾਈਨਸ 7 ਬਰਾਬਰ ਐਨ ਮਾਈਨਸ 1
ਸਮਝ ਲੱਗ ਗਈ।